कि रोशनी से डरा रहे हैं मुझे, रोशनी से डरा रहे हैं मुझे, आप ये क्या सिखा रहे हैं मुझे, वो जो उंगली पकड़कर चलते थे उंगलियों पर नचा रहे हैं मुझे। मैं भगवंत मान तेनू कहन लगा कि अपने अंदरों हंकार छड़, पंजाब दे भले लई काम कर, ये नहीं भी जिन्हों मर्जी फड़ लिया जिन्हों मर्जी ठोक दिता यही आपां नू काम रह गया, अपने मन दे विचों वहम कढ़। मैं तेनू कहना कि यह सदा नहीं आपां बने रहना पंजाब की इस कुर्सी के उत्ते, तेरी हालत पता की आ, तू की समझ लिया, वह चिड़ी वांग तू भी एक भुलेखा पा लिया, किसी चिड़ी की ढूई के उत्ते लाल रंग ला दीए ना, तो धौड़ घुमा घुमा के वेंदी रही भी शायद मैं कोयल बन गई हाँ, पर असल दे विचों रही चिड़ी आ। सो चिड़ी वाला वहम अपने मन दे विचों तू भी कढ़। 15 दे विचों 8 मंत्री जिहड़े ओह अपने हल्के हार गए आ देने आ यार तुहाडी पंजाब नू, आ काम है तुहाडे पंजाब दे, उन्हां 8 दे समेत तेनू भी इस्तीफा दे देना चाहीदा वा, किसी नवे बंदे नू मौका देना चाहीदा वा, यह नहीं भी किसी नू फड़ लिया किसी नू छड़ दिता किसी नू डरा लिया, इदां सूबा नहीं चलना, गल्लां दे कड़ा दे नाल सूबा नहीं चलना। ते सब तो हैरानी वाली गल आ जिहड़ी मैं कहिंदा सीगा कि बीजेपी नाल रलिया वा तू, ਉਹਦਾ ਵੋਟ ਬੈਂਕ ਸੀਗਾ, ਉਹ ਸੀਟਾਂ ਜਿੱਤੇ ਸੀ 2022 ਦੇ ਵਿੱਚ, ਤੇ ਵੋਟ ਬੈਂਕ ਸੀਗਾ ਉਹਨਾਂ ਦਾ 6.6, ਅੱਜ ਬੀਜੇਪੀ ਸੀਟਾਂ ਜਿੱਤੀ 23 ਤੇ 18.56% ਵੋਟ ਬੈਂਕ ਉਹਨਾਂ ਦਾ ਹੋ ਗਿਆ, ਘੱਟੋ ਘੱਟ 12-13% ਉਹਨਾਂ ਦਾ ਜਿਹੜਾ ਵੋਟ ਬੈਂਕ ਵਧਿਆ ਵਾ। ਬੀਜੇਪੀ ਕਾਮਯਾਬ ਹੋਈ, ਉਹਨੇ ਡਰ ਦਾ ਜਿਹੜਾ ਪੰਜਾਬ 'ਚ ਮਾਹੌਲ ਪੈਦਾ ਕੀਤਾ ਸੀਗਾ ਉਹਦੇ ਵਿੱਚ ਉਹਨੂੰ ਕਾਮਯਾਬੀ ਮਿਲੀ। ਜੇ ਪੰਜਾਬ ਦੇ ਵਿੱਚ ਇਹ ਬੜਾ ਵੱਡਾ ਵਹਿਮ ਆ ਤੈਨੂੰ ਤੇ ਬੀਜੇਪੀ ਨੂੰ, ਬੀਜੇਪੀ ਤੇਰੀ ਪਾਰਟੀ ਆ, ਮੈਂ ਤੇ ਝਾੜੂ ਵਾਲੀ ਤੇਰੀ ਪਾਰਟੀ ਕਹਿੰਦਾ ਹੀ ਨਹੀਂ। ਜੇ ਪੰਜਾਬ ਦੇ ਵਿੱਚ ਇਹ ਵਹਿਮ ਕੱਢੋ ਤੁਸੀਂ ਸਾਰੇ ਜਾਣੇ, ਜੇ ਪੰਜਾਬ ਦੇ ਵਿੱਚ ਰਾਮ ਮੰਦਿਰ ਦੇ ਨਾਂ ਤੇ ਵੋਟ ਪੈਂਦੀ ਤੇ ਫਿਰ ਮੋਦੀ ਹੋਣੀ ਕਦੀ ਅਯੁੱਧਿਆ ਨਾ ਹਾਰਦੇ, ਬੀਜੇਪੀ ਕਦੀ ਨਾ ਹਾਰਦੀ। ਪੰਜਾਬ 'ਚ ਜਿੰਨੀ ਵੋਟ ਬੀਜੇਪੀ ਨੂੰ ਪਈ ਆ ਉਹ ਹਿੰਦੂਆਂ ਨੂੰ ਡਰਾ ਕੇ, ਉਹਨਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ, ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਲਈ ਗਈ ਕਿ ਅਸੀਂ ਪੰਜਾਬ 'ਚ ਸੇਫ ਨਹੀਂ, ਸ਼ਾਇਦ ਮੋਦੀ ਨੂੰ ਲੈ ਆਓ ਬੀਜੇਪੀ ਨੂੰ ਲੈ ਆਓ ਤੇ ਅਸੀਂ ਸੇਫ ਰਵਾਂਗੇ। ਜਿਸ 'ਚ ਤੂੰ ਜਿਹੜੀ ਡਰ ਦੀ ਰਾਜਨੀਤੀ ਬੀਜੇਪੀ ਨੇ ਪੰਜਾਬ 'ਚ ਕੀਤੀ, ਦਹਿਸ਼ਤ ਫੈਲਾਉਣ ਦੀ ਜਿਹੜੀ ਰਾਜਨੀਤੀ ਉਹਨੇ ਪੰਜਾਬ ਦੇ ਵਿੱਚ ਪਿਛਲੇ 10 ਸਾਲਾਂ 'ਚ ਕੀਤੀ ਆ, ਕਰਨ ਦੀ ਕੋਸ਼ਿਸ਼ ਕੀਤੀ ਆ, 2.5 ਸਾਲਾਂ 'ਚ ਤੇਰੀ ਸਰਕਾਰ ਨੇ ਉਹਨੂੰ ਪੂਰ ਪਾਇਆ, ਉਹਦਾ ਪੂਰਾ ਸਾਥ ਦਿੱਤਾ। ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਤੂੰ ਬੀਜੇਪੀ ਨਾਲ ਰਲਿਆ ਆਇਆ ਵਾਂ ਜਾਂ ਤੂੰ ਉਹਨਾਂ ਤੋਂ ਡਰਿਆ ਆਇਆ ਵਾਂ, ਕਿਉਂਕਿ ਜਿਹੜੀ ਸ਼ਰਾਬ ਪਾਲਿਸੀ ਦੇ ਵਿੱਚ ਦਿੱਲੀ ਦੇ ਆਪ ਲੀਡਰ ਸਾਰੇ ਅੰਦਰ ਆ, ਉਹ ਸ਼ਰਾਬ ਪਾਲਿਸੀ ਜਿਹੜੀ ਪੰਜਾਬ 'ਚ ਵੀ ਚੱਲੀ ਆ, ਅਤੇ ਕਿਤੇ ਨਾ ਕਿਤੇ ਤੈਨੂੰ ਹੱਥ ਪੈ ਸਕਦਾ, ਜਾਂ ਕਿਤੇ ਨਾ ਕਿਤੇ ਉਹਨਾਂ ਤੈਨੂੰ ਕਮਰਾ ਬੰਦ ਮੀਟਿੰਗ ਕਰਕੇ ਕਿਹਾ ਵਾ ਕਿ ਜਾਂ ਤਾਂ ਸਾਡੇ ਹੱਥਾਂ 'ਚ ਖੇਡ, ਸਾਡੀ ਪਾਲਿਸੀ ਦੇ ਮੁਤਾਬਕ ਚੱਲ, ਨਹੀਂ ਤਾਂ ਕੇਜਰੀਵਾਲ ਵਾਂਗੂ, ਸੰਜੇ ਸਿੰਘ ਵਾਂਗੂ, ਬਾਕੀ ਆਗੂ ਵਾਂਗੂ ਤੈਨੂੰ ਵੀ ਫੜ ਕੇ ਅੰਦਰ ਦੇ ਦੇਵਾਂਗੇ। ਕਿਸਾਰ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਨੂੰ ਅਕਸਰ ਇਹ ਸਮਝਾਉਂਦੇ ਰਹੇ ਕਿ ਵਿਕਰਮ ਕੋਲੋਂ ਆਪ ਵੀ ਬਚ ਜਾ ਅਤੇ ਆਪਣੇ ਅਕਾਲੀ ਦਲ ਨੂੰ ਵੀ ਬਚਾ ਲਾ, ਪਰ ਜਦੋਂ ਤੱਕ ਸੁਖਬੀਰ ਨੂੰ ਸਮਝ ਆਈ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਅਤੇ ਮੈਂ ਤੁਹਾਨੂੰ ਵੀ ਬੜੀ ਵਾਰੀ ਕਿਹਾ ਤੋ ਬਾਜੋ ਅਤੇ ਆਪਣੀ ਪਾਰਟੀ ਵੀ ਬਚਾ ਲਓ, ਪਰ ਜਦੋਂ ਤੱਕ ਤੁਹਾਨੂੰ ਸਮਝ ਆਉਣੀ ਉਦੋਂ ਤੱਕ ਬਹੁਤ ਦੇਰ ਹੋ ਜਾਣੀ ਆ, ਜਿਹੜੀ ਅੱਜ ਹੋ ਵੀ ਗਈ ਆ। ਗੱਦਾਰ ਤਿੱਤਰ, ਧਿਆਨ ਨਾਲ ਸੁਣੀ ਇਸ ਕਹਾਣੀ ਨੂੰ, ਅਤੇ ਤੇਰੇ 'ਤੇ ਬਿਲਕੁਲ ਪੂਰੀ ਢੁੱਕਦੀ ਆ ਜਿੱਦਾਂ ਤੂੰ ਬੀਜੇਪੀ ਦੇ ਹੱਥਾਂ 'ਚ ਖੇਡਣ ਡਿਆ ਵਾ। ਇੱਕ ਬੰਦਾ ਬਾਜ਼ਾਰ ਦੇ ਵਿੱਚ ਤਿੱਤਰ ਵੇਚਦਾ ਹੁੰਦਾ, ਉਹ ਤਿੱਤਰ ਵੇਚ ਰਿਹਾ ਸੀ ਬਾਜ਼ਾਰ ਦੇ ਵਿੱਚ, ਉਹਦੇ ਕੋਲ ਬਹੁਤ ਸਾਰੇ ਤਿੱਤਰ ਸਨ, ਪਰ ਇੱਕ ਤਿੱਤਰ ਉਹਨੇ ਅਲੱਗ ਟੋਕਰੀ ਦੇ ਵਿੱਚ ਪਾ ਕੇ ਰੱਖਿਆ ਹੋਇਆ ਸੀ, ਬਾਕੀ ਤਿੱਤਰਾਂ ਨਾਲੋਂ ਅੱਡ ਉਹਨੂੰ ਰੱਖਿਆ ਸੀ। ਅਤੇ ਗਾਹਕ ਨੇ ਪੁੱਛਿਆ ਉਹਨੂੰ ਵੀ ਤਿੱਤਰ ਕਿਵੇਂ ਲਾਏ ਆ, ਉਹ ਕਹਿੰਦਾ 40 ਰੁਪਈਆਂ ਦਾ ਇੱਕ ਦਿਨਾਂ। ਅਤੇ ਗਾਹਕ ਨੇ ਜਿਹੜਾ ਅੱਡ ਰੱਖਿਆ ਤਿੱਤਰ ਸੀਗਾ ਉਹਦੀ ਕੀਮਤ ਪੁੱਛੀ, ਦੁਕਾਨਦਾਰ ਕਹਿੰਦਾ ਇਹਨੂੰ ਮੈਂ ਵੇਚਣਾ ਨਹੀਂ ਚਾਹੁੰਦਾ, ਇਹਨੂੰ ਮੈਂ ਵੇਚਦਾ ਨਹੀਂ ਗਾ, ਪਰ ਤੂੰ ਜਿੱਦ ਕਰੇਗਾ ਕਿਉਂਕਿ ਆਦਤ ਹੁੰਦੀ ਆ ਕਈ ਲੋਕਾਂ ਦੀ ਵੀ ਅੱਡ ਪਈ ਚੀਜ਼ ਨੂੰ ਲੈਣਾ, ਜੇ ਤੂੰ ਜਿੱਦ ਕਰੇਗਾ ਤਾਂ ਇਹਦੀ ਕੀਮਤ 500 ਰੁਪਈਆ ਵਾ। ਅਤੇ ਗਾਹਕ ਨੇ ਉਹਨੂੰ ਬੜੀ ਹੈਰਾਨੀ ਨਾਲ ਦੁਕਾਨਦਾਰ ਨੂੰ ਪੁੱਛਿਆ
ਵੀ ਇਹਦੀ ਕੀਮਤ ਇੰਨੀ ਜ਼ਿਆਦਾ ਕਿਉਂ ਆ। ਤੇ ਮਾਲਕ ਨੇ ਪਤਾ ਕੀ ਕਿਹਾ, ਜਿੱਦਾਂ ਤੇਰੇ ਬੀਜੇਪੀ ਵਾਲੇ ਮਾਲਕ ਆ, ਅਸਲ ਦੇ ਵਿੱਚ ਉਹਨੇ ਕਿਹਾ ਵੀ ਅਸਲ 'ਚ ਮੇਰਾ ਪਾਲਤੂ ਤਿੱਤਰ ਆ, ਇਹ ਹੋਰ ਤਿੱਤਰਾਂ ਨੂੰ ਮੇਰੇ ਕੋਲ ਫਸਾਉਣ ਦਾ ਕੰਮ ਕਰਦਾ, ਜਦੋਂ ਇਹ ਚੀਕਾਂ ਮਾਰਦਾ ਹੋਰ ਤਿੱਤਰਾਂ ਨੂੰ ਬੁਲਾਉਂਦਾ, ਹੋਰ ਤਿੱਤਰ ਬਿਨਾਂ ਸੋਚੇ ਸਮਝੇ ਇਸ ਜਗ੍ਹਾ ਦੇ ਉੱਤੇ ਇਕੱਠੇ ਹੁੰਦੇ ਆ ਤੇ ਮੈਂ ਆਸਾਨੀ ਦੇ ਨਾਲ ਸਾਰਿਆਂ ਦਾ ਸ਼ਿਕਾਰ ਕਰ ਲੈਂਦਾ ਵਾਂ, ਇਹ ਮੇਰਾ ਜਿਹੜਾ ਤਿੱਤਰ ਉਹ ਕੰਮ ਕਰਦਾ ਵਾ, ਤੇ ਬਾਅਦ 'ਚ ਮੈਂ ਇਸ ਤਿੱਤਰ ਨੂੰ ਇਹਦੀ ਪਸੰਦ ਦੀ ਇੱਕ ਖੁਰਾਕ ਦੇ ਦਿੰਦਾ ਜਿਹਦੇ ਨਾਲ ਖੁਸ਼ ਹੋ ਜਾਂਦਾ। ਇਸ ਕਰਕੇ ਇਹਦੀ ਕੀਮਤ 500 ਰੁਪਈਆ ਜਿਹੜੀ ਤੇਰੀ ਬੀਜੇਪੀ ਨੇ ਰੱਖੀ ਆ, ਉਸ ਸਿਆਣੇ ਬੰਦੇ ਨੇ ਮਾਲਕ ਨੂੰ 500 ਰੁਪਈਆ ਦਿੱਤਾ ਤੇ ਉਹਦੇ ਕੋਲ ਤਿੱਤਰ ਲੈ ਕੇ ਤੇ ਸਾਰੇ ਬਾਜ਼ਾਰ ਉਸ ਤਿੱਤਰ ਦੀ ਧੌਣ ਮਰੋੜ ਦਿੱਤੀ। ਤੇ ਕਿਸੇ ਨੇ ਪੁੱਛਿਆ ਵੀ ਤੂੰ ਇੱਦਾਂ ਕਿਉਂ ਕੀਤਾ, ਉਹਦਾ ਜਵਾਬ ਅੱਗੋਂ ਪਤਾ ਕੀ ਸੀਗਾ ਕਿ ਗੱਦਾਰ ਨੂੰ ਜੀਣ ਦਾ ਕੋਈ ਹੱਕ ਨਹੀਂ, ਜਿਹੜਾ ਆਪਣੇ ਸਮਾਜ ਨੂੰ ਆਪਣੇ ਮੁਨਾਫੇ ਲਈ ਫਸਾਉਣ ਦਾ ਕੰਮ ਕਰਦਾ, ਲੋਕਾਂ ਨਾਲ ਧੋਖਾ ਕਰਦਾ, ਇਹੋ ਜਿਹੇ ਬੰਦੇ ਨੂੰ ਸਮਾਜ ਦੇ ਵਿੱਚ ਰਹਿਣ ਦਾ ਤੇ ਸਮਾਜ 'ਚ ਜੀਣ ਦਾ ਕੋਈ ਹੱਕ ਨਹੀਂ। ਇਕੱਲੇ ਇਕੱਲੇ ਨੂੰ ਤੇਰੇ ਕਹਿਣ ਦੇ ਉੱਤੇ ਸੰਮਣ ਆਉਂਦੇ ਆ, ਇਕੱਲੇ ਇਕੱਲੇ ਨੂੰ ਤੇਰੇ ਕਹਿਣ ਦੇ ਉੱਤੇ ED ਪੈਂਦੀ ਆ, ਇਕੱਲੇ ਇਕੱਲੇ ਨੂੰ ਤੇਰੇ ਕਹਿਣ ਦੇ ਉੱਤੇ BJP ਪੈਂਦੀ ਆ। ਸੋ ਭਗਵੰਤ ਮਾਨ ਜੀ, ਜਿਨ੍ਹਾਂ ਲੋਕਾਂ ਨੇ ਸਾਨੂੰ ਬਰਬਾਦ ਕੀਤਾ, ਜਿਨ੍ਹਾਂ ਲੋਕਾਂ ਨੇ ਸਾਨੂੰ ਤਬਾਹ ਕੀਤਾ ਪਿਛਲੇ 20 ਸਾਲਾਂ 'ਚ, ਅਕਾਲੀ ਭਾਜਪਾ ਕਾਂਗਰਸ ਨੇ ਸਾਨੂੰ ਦੁਬਾਰਾ ਉਹਨਾਂ ਦੇ ਅੱਗੇ, ਉਹਨਾਂ ਬਘਿਆੜਾਂ ਦੇ ਅੱਗੇ ਤੁਸੀਂ ਸਾਨੂੰ ਬੱਕਰੀਆਂ ਦੇ ਵਾਂਗ ਸੁੱਟ ਰਹੇ ਹੋ, ਸਾਨੂੰ ਮਜਬੂਰ ਕਰ ਰਹੇ ਹੋ ਕਿ ਦੁਬਾਰਾ ਉਹਨਾਂ ਨੂੰ ਚੁਣਿਆ ਜਾਵੇ, ਉਹੀ ਗੱਦਾਰ ਤਿੱਤਰ ਵਾਲਾ ਕੰਮ ਤੁਸੀਂ ਕਰ ਰਹੇ ਹੋ ਭਗਵੰਤ ਮਾਨ ਜੀ। ਸੁਣਿਆ ਸੀ ਕਰੋੜ ਦਾ ਤੇ ਜਦੋਂ ਵੇਖਿਆ ਤੇ ਲੱਖ ਦਾ, ਰਾਹ ਪਿਆ 100 ਦਾ ਤੇ ਵਾਹ ਪਿਆ ਤੇ ਕੱਖ ਦਾ। ਗੱਲ ਪੰਜਾਬ ਦੇ ਹਾਲਾਤਾਂ ਦੇ ਉੱਤੇ, ਪੰਜਾਬ ਸਰਕਾਰ ਦੇ ਉੱਤੇ ਤੇ ਪੰਜਾਬ ਸਰਕਾਰ ਦੇ ਮੁਖੀ ਭਗਵੰਤ ਮਾਨ ਦੇ ਉੱਤੇ ਕਰਨ ਲੱਗਾ। ਸਾਰ ਭਗਵੰਤ ਸਿੰਘ ਮਾਨ ਲਗਾਤਾਰ 2.5 ਸਾਲਾਂ ਤੋਂ ਵਿਰੋਧੀਆਂ ਨੂੰ ਹੰਕਾਰ ਭਰੀਆਂ ਟਿੱਚਰਾਂ, ਤਰ੍ਹਾਂ ਤਰ੍ਹਾਂ ਨਾਲ ਮਜ਼ਾਕ ਉਡਾਉਣਾ, ਜੋ ਉਹਨਾਂ ਦੇ ਖਿਲਾਫ ਕੋਈ ਬੋਲਦਾ ਉਹਨਾਂ ਨੂੰ ਕੋਈ ਸਲਾਹ ਦਿੰਦਾ ਤੇ ਮਜ਼ਾਕੀਆ ਲਹਿਜੇ ਦੇ ਵਿੱਚ ਉਹਦਾ ਮਜ਼ਾਕ ਉਡਾਉਣਾ, ਉਹਨਾਂ ਨੂੰ ਟਿੱਚਰਾਂ ਕਰਨੀਆਂ ਕਿ ਮੇਰੇ 92 ਜਿੱਤੇ ਆ, ਤੁਹਾਡੇ ਪੱਲੇ ਕੀ ਆ ਅਕਾਲੀ ਕਾਂਗਰਸੀਆਂ ਦੇ, ਕਿਸੇ ਦੇ 18 ਜਿੱਤੇ ਆ, ਕੋਈ 3 ਤੇ ਰਹਿ ਗਿਆ, ਕਿਸੇ ਦੇ 2 ਜਿੱਤੇ ਆ, ਕੋਈ ਕਾਰ 'ਚ ਆ ਜਾਇਆ ਕਰੋ, ਕੋਈ ਸਕੂਟਰ ਦੇ ਉੱਤੇ ਆ ਜਾਇਆ ਕਰੋ। ਇਸ ਤਰੀਕੇ ਮਜ਼ਾਕ ਲਗਾਤਾਰ ਅਸੀਂ 2.5 ਸਾਲਾਂ ਤੋਂ ਸਾਰੇ ਹੀ ਸੁਣਦੇ ਆ ਰਹੇ ਹਾਂ। ਪੰਜਾਬ ਵਾਸੀ ਪਹਿਲਾਂ ਤਾਂ ਕਹਿੰਦੇ ਸੀਗੇ ਕਿ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਦੇ ਸਿਪਾਹੀ ਜਿੱਤੇ ਆ, ਤੇ ਜਦੋਂ ਦਾ ਕੇਜਰੀਵਾਲ ਅੰਦਰ ਗਿਆ ਉਹਦਾ ਨਾਂ ਨਵਾਂ ਹੀ ਕੱਢ ਕੇ ਰੱਖ ਦਿੱਤਾ, ਔਰ ਹਮੇਸ਼ਾ ਹੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ 92 ਨੂੰ ਸਾਨੂੰ ਮੈਂ ਜਿਤਾਇਆ, ਮੈਂ ਬਹੁਮਤ ਨਾਲ ਜਿੱਤ ਕੇ ਆਇਆ। ਕੇਜਰੀਵਾਲ ਦੀ ਹਾਲਤ ਭਗਵੰਤ ਮਾਨ ਦੇ ਸਾਹਮਣੇ ਪਤਾ ਕੀ ਹੋ ਗਈ, ਵੀ ਉਹ ਕੀ ਕਹਿ ਰਿਹਾ ਭਗਵੰਤ ਮਾਨ ਨੂੰ ਕਿ ਰੋਸ਼ਨੀ ਸੇ ਡਰਾ ਰਹੇ ਹੈ ਮੁਝੇ, ਰੋਸ਼ਨੀ ਸੇ ਡਰਾ ਰਹੇ ਹੈ ਮੁਝੇ, ਆਪ ਯੇ ਕਿਆ ਸਿਖਾ ਰਹੇ ਹੈ ਮੁਝੇ, ਵੋ ਜੋ ਉਂਗਲੀ ਪਕੜ ਕਰ ਚਲਤੇ ਥੇ ਉਂਗਲੀਓ ਪਰ ਨਚਾਰ ਰਹੇ ਹੈ ਮੁਝੇ। ਮਤਲਬ ਇਹ ਹਾਲਾਤ ਇਹਨਾਂ ਦੋਵਾਂ ਦੇ ਦਰਮਿਆਨ ਜਿਹੜੇ ਬਣ ਗਏ 92 ਵਾਲੇ ਰਾਗ ਦੇ ਉੱਤੇ। 2.5 ਸਾਲ ਆਪਾਂ ਆਪ ਬਹੁਤ ਜ਼ਿਆਦਾ ਰਾਗ ਗਾਇਆ ਕਿ 92 ਅਸੀਂ ਜਿੱਤ ਕੇ ਆਏ ਹਾਂ ਭਗਵੰਤ ਸਿੰਘ। ਹੁਣ ਮੈਂ ਜਿਹੜਾ ਡਾਟਾ, ਜਿਹੜਾ ਵੇਰਵਾ ਤੇਰੇ ਸਾਹਮਣੇ ਰੱਖਣ ਲੱਗਾ, ਜਿਹ ਤੋਂ ਜਾਣੂ ਹੁੰਦੇ ਹੋਏ ਵੀ ਆਪਾਂ ਜਾਣ ਬਣੇ ਬੈਠੇ ਹਾਂ, ਕੋਈ ਉਹਦੇ ਉੱਤੇ ਸਫਾਈ ਨਹੀਂ ਦਿੱਤੀ, ਕੋਈ ਬਿਆਨ ਨਹੀਂ ਦਿੱਤਾ, ਕਿਸੇ ਨੇ ਕੋਈ ਅਸਤੀਫੇ ਵਾਲੀ ਗੱਲ ਨਹੀਂ ਕੀਤੀ। 13 ਲੋਕ ਸਭਾ ਸੀਟਾਂ ਦੀਆਂ ਜਿਹੜੀ ਚੋਣ ਹੋਈ ਆ, 117 ਹਲਕਿਆਂ ਦੇ ਜਿਹੜੇ ਰਿਜ਼ਲਟ ਆਏ ਆ 2022 'ਚ ਕੀ ਸੀਗੇ, ਤੇ 2.5 ਸਾਲ ਬਾਅਦ 2024 'ਚੋਂ ਕੀ ਰਿਜ਼ਲਟ ਆਉਂਦੇ ਆ। 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸੀਟਾਂ ਆਈਆਂ ਸੀ 92, 42.3% ਵੋਟ ਜਿਹੜੀ ਪੂਰੇ ਪੰਜਾਬ ਦੀ, ਉਹ ਤੁਹਾਡਾ ਵੋਟ ਬੈਂਕ ਜਿਹੜਾ ਉਹ ਬਣਿਆ ਸੀਗਾ। ਤੇ ਕਾਂਗਰਸ ਨੂੰ ਸੀਟਾਂ ਆਈਆਂ ਸੀ 18, 23.1% ਵੋਟ ਉਹਨਾਂ ਨੂੰ ਪਈ ਸੀ। ਅਕਾਲੀ ਦਲ ਨੂੰ ਸੀਟਾਂ ਆਈਆਂ ਸੀ 3, ਤੇ 18.5% ਉਹਨਾਂ ਦਾ ਵੋਟ ਬੈਂਕ ਸੀਗਾ। ਤੇ BJP ਨੂੰ ਸੀਟਾਂ ਆਈਆਂ ਸੀ 2, ਜਿਹੜੀ ਚੀਜ਼ ਸੁਣਨ ਵਾਲੀ ਆ, 6.6% ਉਹਨਾਂ ਦਾ ਜਿਹੜਾ ਵੋਟ ਬੈਂਕ ਸੀਗਾ। ਅੱਜ 2024 ਦੇ ਵਿੱਚ ਹਾਲਾਤ ਕੀ ਬਦਲ ਕੇ ਰੱਖ ਦਿੱਤੇ ਗਏ, ਜੋ ਮੈਂ ਪਹਿਲਾਂ ਕਹਿੰਦਾ ਰਿਹਾ ਸੀਗਾ ਉਹੋ ਹੀ ਹੁਣ ਹੋ ਰਿਹਾ ਵਾ ਕਿ ਤੁਹਾਡੀ ਪਾਰਟੀ ਨੂੰ ਸੀਟਾਂ ਦਿੱਤੀਆਂ ਨੇ 33, 13 ਲੋਕ ਸਭਾ ਹਲਕਿਆਂ ਦੇ ਵਿੱਚੋਂ
117 ਦੇ ਵਿੱਚੋਂ 33 ਸੀਟਾਂ ਜਿੱਤੀਆਂ ਔਰ 26.3% ਤੁਹਾਡਾ ਵੋਟ ਬੈਂਕ ਰਹਿ ਗਿਆ। 16% ਵੋਟ ਬੈਂਕ ਤੇਰੀ ਪਾਰਟੀ ਦਾ ਘਟ ਗਿਆ, ਆਮ ਆਦਮੀ ਪਾਰਟੀ ਦਾ। ਤੇ ਕਾਂਗਰਸ ਨੇ ਸੀਟਾਂ ਦਿੱਤੀਆਂ 37-117 ਦੇ ਵਿੱਚੋਂ, ਉਹਦਾ ਵੋਟ ਬੈਂਕ 23.1 ਤੋਂ ਹੋ ਗਿਆ 26.3%। ਤੇ ਅਕਾਲੀ ਦਲ ਨੇ 9 ਸੀਟਾਂ ਜਿੱਤੀਆਂ, ਉਹਨਾਂ ਦਾ 18.5 ਜਿਹੜਾ ਵੋਟ ਪਰਸੈਂਟ ਸੀ ਉਹ ਰਹਿ ਗਿਆ 13.42। ਤੇ ਸਭ ਤੋਂ ਹੈਰਾਨੀ ਵਾਲੀ ਗੱਲ ਆ, ਜਿਹੜੀ ਮੈਂ ਕਹਿੰਦਾ ਸੀਗਾ ਕਿ ਬੀਜੇਪੀ ਨਾਲ ਰਲਿਆ ਵਾ ਤੂੰ, ਉਹਦਾ ਵੋਟ ਬੈਂਕ ਸੀਗਾ ਉਹ ਸੀਟਾਂ ਜਿੱਤੇ ਸੀ 2022 ਦੇ ਵਿੱਚ, ਤੇ ਵੋਟ ਬੈਂਕ ਸੀਗਾ ਉਹਨਾਂ ਦਾ 6.6। ਅੱਜ ਬੀਜੇਪੀ ਸੀਟਾਂ ਜਿੱਤੀ 23 ਤੇ 18.56% ਵੋਟ ਬੈਂਕ ਉਹਨਾਂ ਦਾ ਹੋ ਗਿਆ। ਘੱਟੋ ਘੱਟ 12-13% ਉਹਨਾਂ ਦਾ ਜਿਹੜਾ ਵੋਟ ਬੈਂਕ ਵਧਿਆ ਵਾ। ਬੀਜੇਪੀ ਕਾਮਯਾਬ ਹੋਈ, ਉਹਨੇ ਡਰ ਦਾ ਜਿਹੜਾ ਪੰਜਾਬ 'ਚ ਮਾਹੌਲ ਪੈਦਾ ਕੀਤਾ ਸੀਗਾ ਉਹਦੇ ਵਿੱਚ ਉਹਨੂੰ ਕਾਮਯਾਬੀ ਮਿਲੀ। 2.5 ਸਾਲਾਂ ਦੇ ਰਾਜ 'ਚ ਤੇਰੀ ਵੋਟ ਜਿਹੜੀ ਪਾਰਟੀ ਦਾ ਵੋਟ ਬੈਂਕ ਉਹ 16% ਘੱਟ ਕੇ, ਤੇ ਬੀਜੇਪੀ ਦਾ ਪਾਰਟੀ ਦਾ ਜਿਹੜਾ ਵੋਟ ਪਰਸੈਂਟ ਆ, ਜਿਹੜਾ ਵੋਟ ਬੈਂਕ ਆ, ਉਹ 15% ਵਧਿਆ। ਜਿਸ ਨੇ ਵੋਟ ਬੈਂਕ ਕਿਹਦਾ ਵਧਿਆ, ਦੁੱਖ ਕਿਉਂ ਲੱਗਣ ਡਿਆ ਕਿ ਜਿਹੜੀ ਪਾਰਟੀ ਨੇ ਪਿਛਲੇ 10 ਸਾਲ ਸੱਤਾ 'ਚ ਹੁੰਦਿਆਂ ਪੰਜਾਬ ਨੂੰ ਕੁਝ ਵੀ ਨਹੀਂ ਦਿੱਤਾ, ਪੰਜਾਬ 'ਚ ਸਿਰਫ ਡਰ ਦਾ ਮਾਹੌਲ ਪੈਦਾ ਕੀਤਾ, ਪੰਜਾਬ ਦੇ ਹਾਲਾਤ ਖਰਾਬ ਕੀਤੇ, ਹਿੰਦੂ ਧਰਮ ਦੇ ਵਿੱਚ ਦਹਿਸ਼ਤ ਪੈਦਾ ਕੀਤੀ, ਹਿੰਦੂ ਸਿੱਖ ਦੇ ਵਿੱਚ ਇੱਕ ਦੂਜੇ ਲਈ ਨਫ਼ਰਤ ਪੈਦਾ ਕੀਤੀ, ਕੋਈ ਕਸਰ ਨਹੀਂ ਛੱਡੀ ਇੱਕ ਦੂਜੇ ਨੂੰ ਲੜਾਉਣ ਲਈ, ਤੇ ਅੱਜ ਵੀ ਉਹ ਹਾਲਾਤ ਨੇ। ਜੇ ਪੰਜਾਬ ਦੇ ਵਿੱਚ ਇਹ ਬੜਾ ਵੱਡਾ ਵਹਿਮ ਆ ਤੈਨੂੰ ਤੇ ਬੀਜੇਪੀ ਨੂੰ, ਬੀਜੇਪੀ ਤੇਰੀ ਪਾਰਟੀ ਆ, ਮੈਂ ਤੇ ਝਾੜੂ ਵਾਲੀ ਤੇਰੀ ਪਾਰਟੀ ਕਹਿੰਦਾ ਹੀ ਨਹੀਂ। ਜੇ ਪੰਜਾਬ ਦੇ ਵਿੱਚ ਇਹ ਵਹਿਮ ਕੱਢੋ ਤੁਸੀਂ ਸਾਰੇ ਜਾਣੇ, ਜੇ ਪੰਜਾਬ ਦੇ ਵਿੱਚ ਰਾਮ ਮੰਦਿਰ ਦੇ ਨਾਂ ਤੇ ਵੋਟ ਪੈਂਦੀ ਤੇ ਫਿਰ ਮੋਦੀ ਹੋਣੀ ਕਦੀ ਅਯੁੱਧਿਆ ਨਾ ਹਾਰਦੇ, ਬੀਜੇਪੀ ਕਦੀ ਨਾ ਹਾਰਦੀ। ਪੰਜਾਬ 'ਚ ਜਿੰਨੀ ਵੋਟ ਬੀਜੇਪੀ ਨੂੰ ਪਈ ਆ ਉਹ ਹਿੰਦੂਆਂ ਨੂੰ ਡਰਾ ਕੇ, ਉਹਨਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ, ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਲਈ ਗਈ ਕਿ ਅਸੀਂ ਪੰਜਾਬ 'ਚ ਸੇਫ ਨਹੀਂ, ਸ਼ਾਇਦ ਮੋਦੀ ਨੂੰ ਲੈ ਆਓ, ਬੀਜੇਪੀ ਨੂੰ ਲੈ ਆਓ ਤੇ ਅਸੀਂ ਸੇਫ ਰਵਾਂਗੇ। ਜਿਸ 'ਚ ਤੂੰ ਜਿਹੜੀ ਡਰ ਦੀ ਰਾਜਨੀਤੀ ਬੀਜੇਪੀ ਨੇ ਪੰਜਾਬ 'ਚ ਕੀਤੀ, ਦਹਿਸ਼ਤ ਫੈਲਾਉਣ ਦੀ ਜਿਹੜੀ ਰਾਜਨੀਤੀ ਉਹਨੇ ਪੰਜਾਬ ਦੇ ਵਿੱਚ ਪਿਛਲੇ 10 ਸਾਲਾਂ 'ਚ ਕੀਤੀ ਆ, ਕਰਨ ਦੀ ਕੋਸ਼ਿਸ਼ ਕੀਤੀ ਆ, 2.5 ਸਾਲਾਂ 'ਚ ਤੇਰੀ ਸਰਕਾਰ ਨੇ ਉਹਨੂੰ ਪੂਰ ਪਾਇਆ, ਉਹਦਾ ਪੂਰਾ ਸਾਥ ਦਿੱਤਾ। ਮੋਦੀ ਤੇ ਅਮਿਤ ਸ਼ਾਹ ਦੇ ਹੱਥਾਂ 'ਚ ਤੂੰ ਖੇਡਿਆ, ਮੈਂ ਅੱਜ ਤਾਂ ਨਹੀਂ ਕਹਿਣ ਡਿਆ, ਮੈਂ 6 ਮਹੀਨਿਆਂ ਤੋਂ ਕਹਿਣ ਡਿਆ ਵੀ ਤੂੰ ਬੀਜੇਪੀ ਦੇ ਹੱਥਾਂ 'ਚ ਖੇਡਣ ਡਿਆ ਵਾ। ਸਾਡੇ ਦੇਸ਼ 'ਚ ਬੀਜੇਪੀ ਦਾ ਪੂਰੇ ਦੇਸ਼ ਦੇ ਵਿੱਚ ਵੋਟ ਬੈਂਕ ਘਟਿਆ ਵਾ ਤੇ ਸਿਰਫ ਉਸ ਪੰਜਾਬ ਦੇ ਵਿੱਚ ਵਧਿਆ ਜਿਹਦੇ ਨਾਲ ਲਗਾਤਾਰ ਪਿਛਲੇ 10 ਸਾਲਾਂ ਤੋਂ ਧੱਕਾ ਕਰ ਰਹੇ ਆ, ਪੰਜਾਬ ਨੂੰ ਮਾਰ ਰਹੇ ਆ। ਬਾਕੀ ਸੂਬਿਆਂ 'ਚ ਘਟਿਆ ਹੋਵੇ ਤੇ ਪੰਜਾਬ ਦੇ ਵਿੱਚ ਵਧਿਆ ਹੋਵੇ ਤੇ ਫਿਰ ਇਹਦਾ ਜ਼ਿੰਮੇਵਾਰ ਕਿਉਂ ਕੌਣ ਆ? ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਤੂੰ ਬੀਜੇਪੀ ਨਾਲ ਰਲਿਆ ਆਇਆ ਵਾਂ ਜਾਂ ਤੂੰ ਉਹਨਾਂ ਤੋਂ ਡਰਿਆ ਆਇਆ ਵਾਂ, ਕਿਉਂਕਿ ਜਿਹੜੀ ਸ਼ਰਾਬ ਪਾਲਿਸੀ ਦੇ ਵਿੱਚ ਦਿੱਲੀ ਦੇ ਆਪ ਲੀਡਰ ਸਾਰੇ ਅੰਦਰ ਆ, ਉਹ ਸ਼ਰਾਬ ਪਾਲਿਸੀ ਜਿਹੜੀ ਪੰਜਾਬ 'ਚ ਵੀ ਚੱਲੀ ਆ ਤੇ ਕਿਤੇ ਨਾ ਕਿਤੇ ਤੈਨੂੰ ਹੱਥ ਪੈ ਸਕਦਾ, ਜਾਂ ਕਿਤੇ ਨਾ ਕਿਤੇ ਉਹਨਾਂ ਤੈਨੂੰ ਕਮਰਾ ਬੰਦ ਮੀਟਿੰਗ ਕਰਕੇ ਕਿਹਾ ਵਾ ਕਿ ਜਾਂ ਤੇ ਸਾਡੇ ਹੱਥਾਂ 'ਚ ਖੇਡ, ਸਾਡੀ ਪਾਲਿਸੀ ਦੇ ਮੁਤਾਬਕ ਚੱਲ, ਨਹੀਂ ਤੇ ਕੇਜਰੀਵਾਲ ਵਾਂਗੂ, ਸੰਜੇ ਸਿੰਘ ਵਾਂਗੂ, ਬਾਕੀ ਆਗੂ ਵਾਂਗੂ ਤੈਨੂੰ ਵੀ ਫੜ ਕੇ ਅੰਦਰ ਦੇ ਦੇਵਾਂਗੇ। ਤੂੰ ਬੀਜੇਪੀ ਨਾਲ ਕੇ ਨਾਲ ਜਿਹੜਾ ਮਿਲ ਕੇ ਪੰਜਾਬ ਦਾ ਨੁਕਸਾਨ ਕਰਾਇਆ, ਪੰਜਾਬ ਦੇ ਨੁਕਸਾਨ ਦੇ ਨਾਲ ਨਾਲ ਤੂੰ ਆਪਦੀ ਪਾਰਟੀ ਦਾ ਨੁਕਸਾਨ ਕਰਾਇਆ। ਤੇਰੇ ਬਾਰੇ ਮੈਂ ਇੱਕ ਕਹਾਣੀ ਰਾਤੀ ਮੈਂ ਸੁਣਦਾ ਸੀਗਾ ਫੇਸਬੁੱਕ ਤੇ, ਕੋਈ ਬੜੀ ਵਧੀਆ ਕਿਸੇ ਨੇ ਕਹਾਣੀ ਸੁਣਾਈ ਸੀ, ਉਹ ਕਹਾਣੀ ਦਾ ਨਾਂ ਸੀਗਾ ਗੱਦਾਰ ਤਿੱਤਰ। ਧਿਆਨ ਨਾਲ ਸੁਣੀ ਇਸ ਕਹਾਣੀ ਨੂੰ, ਤੇ ਤੇਰੇ ਤੇ ਬਿਲਕੁਲ ਪੂਰੀ ਢੁੱਕਦੀ ਆ ਜਿੱਦਾਂ ਤੂੰ ਬੀਜੇਪੀ ਦੇ ਹੱਥਾਂ 'ਚ ਖੇਡਣ ਡਿਆ ਵਾ। ਇੱਕ ਬੰਦਾ ਬਾਜ਼ਾਰ ਦੇ ਵਿੱਚ ਤਿੱਤਰ ਵੇਚਦਾ ਹੁੰਦਾ, ਉਹ ਤਿੱਤਰ ਵੇਚ ਰਿਹਾ ਸੀ ਬਾਜ਼ਾਰ ਦੇ ਵਿੱਚ, ਉਹਦੇ ਕੋਲ ਬਹੁਤ ਸਾਰੇ ਤਿੱਤਰ ਸਨ, ਪਰ ਇੱਕ ਤਿੱਤਰ ਉਹਨੇ ਅਲੱਗ ਟੋਕਰੀ ਦੇ ਵਿੱਚ ਪਾ ਕੇ ਰੱਖਿਆ ਹੋਇਆ ਸੀ, ਬਾਕੀ ਤਿੱਤਰਾਂ ਨਾਲੋਂ ਅੱਡ ਉਹਨੂੰ ਰੱਖਿਆ ਸੀ।
ਤੇ ਗਾਹਕ ਨੇ ਪੁੱਛਿਆ ਉਹਨੂੰ ਵੀ ਤਿੱਤਰ ਕਿਵੇਂ ਲਾਏ ਆ, ਉਹ ਕਹਿੰਦਾ 40 ਰੁਪਈਆਂ ਦਾ ਇੱਕ ਦਿਨਾ, ਤੇ ਗਾਹਕ ਨੇ ਜਿਹੜਾ ਅੱਡ ਰੱਖਿਆ ਤਿੱਤਰ ਸੀਗਾ ਉਹਦੀ ਕੀਮਤ ਪੁੱਛੀ, ਦੁਕਾਨਦਾਰ ਕਹਿੰਦਾ ਇਹਨੂੰ ਮੈਂ ਵੇਚਣਾ ਨਹੀਂ ਚਾਹੁੰਦਾ, ਇਹਨੂੰ ਮੈਂ ਵੇਚਦਾ ਨਹੀਂ ਗਾ, ਪਰ ਤੂੰ ਜਿੱਦ ਕਰੇਗਾ ਕਿਉਂਕਿ ਆਦਤ ਹੁੰਦੀ ਆ ਕਈ ਲੋਕਾਂ ਦੀ ਵੀ ਅੱਡ ਪਈ ਚੀਜ਼ ਨੂੰ ਲੈਣਾ, ਜੇ ਤੂੰ ਜਿੱਦ ਕਰੇਗਾ ਤੇ ਇਹਦੀ ਕੀਮਤ 500 ਰੁਪਈਆ ਵਾ। ਤੇ ਗਾਹਕ ਨੇ ਉਹਨੂੰ ਬੜੀ ਹੈਰਾਨੀ ਨਾਲ ਦੁਕਾਨਦਾਰ ਨੂੰ ਪੁੱਛਿਆ ਵੀ ਇਹਦੀ ਕੀਮਤ ਇੰਨੀ ਜ਼ਿਆਦਾ ਕਿਉਂ ਆ, ਤੇ ਮਾਲਕ ਨੇ ਪਤਾ ਕੀ ਕਿਹਾ, ਜਿੱਦਾਂ ਤੇਰੇ ਬੀਜੇਪੀ ਵਾਲੇ ਮਾਲਕ ਆ, ਅਸਲ ਦੇ ਵਿੱਚ ਉਹਨੇ ਕਿਹਾ ਵੀ ਅਸਲ 'ਚ ਮੇਰਾ ਪਾਲਤੂ ਤਿੱਤਰ ਆ, ਇਹ ਹੋਰ ਤਿੱਤਰਾਂ ਨੂੰ ਮੇਰੇ ਕੋਲ ਫਸਾਉਣ ਦਾ ਕੰਮ ਕਰਦਾ, ਜਦੋਂ ਇਹ ਚੀਕਾਂ ਮਾਰਦਾ ਹੋਰ ਤਿੱਤਰਾਂ ਨੂੰ ਬੁਲਾਉਂਦਾ, ਹੋਰ ਤਿੱਤਰ ਬਿਨਾਂ ਸੋਚੇ ਸਮਝੇ ਇਸ ਜਗ੍ਹਾ ਦੇ ਉੱਤੇ ਇਕੱਠੇ ਹੁੰਦੇ ਆ, ਤੇ ਮੈਂ ਆਸਾਨੀ ਦੇ ਨਾਲ ਸਾਰਿਆਂ ਦਾ ਸ਼ਿਕਾਰ ਕਰ ਲੈਂਦਾ ਵਾ, ਇਹ ਮੇਰਾ ਜਿਹੜਾ ਤਿੱਤਰ ਉਹ ਕੰਮ ਕਰਦਾ ਵਾ, ਤੇ ਬਾਅਦ 'ਚ ਮੈਂ ਇਸ ਤਿੱਤਰ ਨੂੰ ਇਹਦੀ ਪਸੰਦ ਦੀ ਇੱਕ ਖੁਰਾਕ ਦੇ ਦਿੰਦਾ ਜਿਹਦੇ ਨਾਲ ਇਹ ਖੁਸ਼ ਹੋ ਜਾਂਦਾ, ਇਸ ਕਰਕੇ ਇਹਦੀ ਕੀਮਤ 500 ਰੁਪਈਆ ਜਿਹੜੀ ਤੇਰੀ ਬੀਜੇਪੀ ਨੇ ਰੱਖੀ ਆ। ਉਸ ਸਿਆਣੇ ਬੰਦੇ ਨੇ ਮਾਲਕ ਨੂੰ 500 ਰੁਪਈਆ ਦਿੱਤਾ ਤੇ ਉਹਦੇ ਕੋਲ ਤਿੱਤਰ ਲੈ ਕੇ ਤੇ ਸਾਰੇ ਬਾਜ਼ਾਰ ਉਸ ਤਿੱਤਰ ਦੀ ਧੌਣ ਮਰੋੜ ਦਿੱਤੀ, ਤੇ ਕਿਸੇ ਨੇ ਪੁੱਛਿਆ ਵੀ ਤੂੰ ਇੱਦਾਂ ਕਿਉਂ ਕੀਤਾ, ਉਹਦਾ ਜਵਾਬ ਅੱਗੋਂ ਪਤਾ ਕੀ ਸੀਗਾ ਕਿ ਗੱਦਾਰ ਨੂੰ ਜੀਣ ਦਾ ਕੋਈ ਹੱਕ ਨਹੀਂ, ਜਿਹੜਾ ਆਪਣੇ ਸਮਾਜ ਨੂੰ ਆਪਣੇ ਮੁਨਾਫੇ ਲਈ ਫਸਾਉਣ ਦਾ ਕੰਮ ਕਰਦਾ, ਲੋਕਾਂ ਨਾਲ ਧੋਖਾ ਕਰਦਾ, ਇਹੋ ਜਿਹੇ ਬੰਦੇ ਨੂੰ ਸਮਾਜ ਦੇ ਵਿੱਚ ਰਹਿਣ ਦਾ ਤੇ ਸਮਾਜ 'ਚ ਜੀਣ ਦਾ ਕੋਈ ਹੱਕ ਨਹੀਂ, ਜਿਹੜਾ ਹੱਕ ਤੂੰ ਬੀਜੇਪੀ ਦੇ ਪ੍ਰਤੀ ਜਿਹੜਾ ਜਿਤਰਾ ਉਹ ਤਿੱਤਰਾਂ ਦਾ ਸ਼ਿਕਾਰ ਕਰਦਾ ਉਸ ਤਰੀਕੇ ਤੂੰ ਨਿਭਾ ਰਿਹਾ ਵਾ, ਇਕੱਲੇ ਇਕੱਲੇ ਨੂੰ ਤੇਰੇ ਕਹਿਣ ਦੇ ਉੱਤੇ ਸੰਮਣ ਆਉਂਦੇ ਆ, ਇਕੱਲੇ ਇਕੱਲੇ ਨੂੰ ਤੇਰੇ ਕਹਿਣ ਦੇ ਉੱਤੇ ED ਪੈਂਦੀ ਆ, ਇਕੱਲੇ ਇਕੱਲੇ ਨੂੰ ਤੇਰੇ ਕਹਿਣ ਦੇ ਉੱਤੇ ਬੀਜੇਪੀ ਪੈਂਦੀ ਆ। ਸੋ ਭਗਵੰਤ ਮਾਨ ਜੀ, ਜਿਨ੍ਹਾਂ ਲੋਕਾਂ ਨੇ ਸਾਨੂੰ ਬਰਬਾਦ ਕੀਤਾ, ਜਿਨ੍ਹਾਂ ਲੋਕਾਂ ਨੇ ਸਾਨੂੰ ਤਬਾਹ ਕੀਤਾ ਪਿਛਲੇ 20 ਸਾਲਾਂ 'ਚ, ਅਕਾਲੀ, ਭਾਜਪਾ, ਕਾਂਗਰਸ ਨੇ ਸਾਨੂੰ ਦੁਬਾਰਾ ਉਹਨਾਂ ਦੇ ਅੱਗੇ, ਉਹਨਾਂ ਬਘਿਆੜਾਂ ਦੇ ਅੱਗੇ ਤੁਸੀਂ ਸਾਨੂੰ ਬੱਕਰੀਆਂ ਦੇ ਵਾਂਗ ਸੁੱਟ ਰਹੇ ਹੋ, ਸਾਨੂੰ ਮਜਬੂਰ ਕਰ ਰਹੇ ਹੋ ਕਿ ਦੁਬਾਰਾ ਉਹਨਾਂ ਨੂੰ ਚੁਣਿਆ ਜਾਵੇ, ਉਹੀ ਗੱਦਾਰ ਤਿੱਤਰ ਵਾਲਾ ਕੰਮ ਤੁਸੀਂ ਕਰ ਰਹੇ ਹੋ ਭਗਵੰਤ ਮਾਨ ਜੀ। ਮੈਂ ਤੇ ਇਹ ਗੱਲ ਤੁਹਾਡੇ ਨੇਤਾਵਾਂ ਕੇਜਰੀਵਾਲ, ਸੰਦੀਪ ਪਾਠਕ, ਰਾਘਵ ਚੱਡਾ ਨੂੰ ਇਹ ਗੱਲ ਕਹੀ ਹੈ ਕਿ ਇਹਦੇ ਕੋਲੋਂ ਆਪਣੀ ਪਾਰਟੀ ਵੀ ਬਚਾ ਲਓ ਤੇ ਪੰਜਾਬ ਨੂੰ ਵੀ ਬਚਾ ਲਓ। ਮੈਂ ਇਹ ਵੀ ਮਿਸਾਲ ਦਿੱਤੀ ਸੀ ਉਹਨਾਂ ਨੂੰ ਕਿ ਸਾਰ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਨੂੰ ਅਕਸਰ ਇਹ ਸਮਝਾਉਂਦੇ ਰਹੇ ਕਿ ਵਿਕਰਮ ਕੋਲੋਂ ਆਪ ਵੀ ਬਚ ਜਾ ਤੇ ਆਪਣੇ ਅਕਾਲੀ ਦਲ ਨੂੰ ਵੀ ਬਚਾ ਲਾ, ਪਰ ਜਦੋਂ ਤੱਕ ਸੁਖਬੀਰ ਨੂੰ ਸਮਝ ਆਈ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਤੇ ਮੈਂ ਤੁਹਾਨੂੰ ਵੀ ਬੜੀ ਵਾਰੀ ਕਿਹਾ ਤੋਂ ਬਾਜੋ ਤੇ ਆਪਣੀ ਪਾਰਟੀ ਵੀ ਬਚਾ ਲਓ, ਪਰ ਜਦੋਂ ਤੱਕ ਤੁਹਾਨੂੰ ਸਮਝ ਆਉਣੀ ਉਦੋਂ ਤੱਕ ਬਹੁਤ ਦੇਰ ਹੋ ਜਾਣੀ ਆ, ਜਿਹੜੀ ਅੱਜ ਹੋ ਵੀ ਗਈ ਆ। ਮੈਂ ਭਗਵੰਤ ਮਾਨ ਤੈਨੂੰ ਕਹਿਣ ਲੱਗਾ ਕਿ ਆਪਣੇ ਅੰਦਰੋਂ ਹੰਕਾਰ ਛੱਡ, ਪੰਜਾਬ ਦੇ ਭਲੇ ਲਈ ਕੰਮ ਕਰ। ਇਹ ਨਹੀਂ ਵੀ ਜਿਹਨੂੰ ਮਰਜ਼ੀ ਫੜ ਲਿਆ, ਜਿਹਨੂੰ ਮਰਜ਼ੀ ਠੋਕ ਦਿੱਤਾ, ਇਹੀ ਆਪਾਂ ਨੂੰ ਕੰਮ ਰਹਿ ਗਏ ਆ। ਆਪਣੇ ਮਨ ਦੇ ਵਿੱਚੋਂ ਵਹਿਮ ਕੱਢ। ਮੈਂ ਤੈਨੂੰ ਕਹਿੰਦਾ ਕਿ ਇਹ ਸਦਾ ਨਹੀਂ ਆਪਾਂ ਬਣੇ ਰਹਿਣਾ ਪੰਜਾਬ ਦੀ ਇਸ ਕੁਰਸੀ ਦੇ ਉੱਤੇ। ਤੇਰੀ ਹਾਲਤ ਪਤਾ ਕੀ ਆ, ਤੂੰ ਕੀ ਸਮਝ ਲਿਆ, ਉਹ ਚਿੜੀ ਵਾਂਗ ਤੂੰ ਵੀ ਇੱਕ ਭੁਲੇਖਾ ਪਾ ਲਿਆ, ਕਿਸੇ ਚਿੜੀ ਦੀ ਢੂਈ ਦੇ ਉੱਤੇ ਲਾਲ ਰੰਗ ਲਾ ਦਈਏ ਨਾ, ਤੇ ਉਹ ਧੌਣ ਘੁਮਾ ਘੁਮਾ ਕੇ ਵੇਹਦੀ ਰਹਿੰਦੀ ਆ ਵੀ ਸ਼ਾਇਦ ਮੈਂ ਕੋਇਲ ਬਣ ਗਈ ਆ, ਪਰ ਅਸਲ ਦੇ ਵਿੱਚ ਉਹ ਰਹਿੰਦੀ ਚਿੜੀ ਆ। ਸੋ ਇਹ ਚਿੜੀ ਵਾਲਾ ਵਹਿਮ ਆਪਣੇ ਮਨ ਦੇ ਵਿੱਚੋਂ ਤੂੰ ਵੀ ਕੱਢ। ਜਾਂ ਮੈਂ ਤੈਨੂੰ ਇੱਕ ਹੋਰ ਮਿਸਾਲ ਦੇਵਾਂ ਕਿ ਜਦੋਂ ਪਤੰਗ ਉੱਡਦੀ ਆ ਨਾ, ਉਹ ਬੁੱਲੇ ਲੱਗੀ ਹੁੰਦੀ ਆ, ਉਹਦੇ ਮਨ ਦੇ ਵਿੱਚ ਵਹਿਮ ਆ ਜਾਂਦਾ ਤੇਰੇ ਵਾਂਗ, ਜਿੱਦਾਂ ਤੇਰੇ ਮਨ ਦੇ ਵਿੱਚ ਵਹਿਮ ਆ ਗਿਆ ਕਿ ਇਹ ਧਾਗੇ ਨੇ, ਇਹ ਤਲਾਵਾਂ ਨੇ ਮੈਨੂੰ ਬੰਨ੍ਹ ਕੇ ਰੱਖਿਆ ਹੋਇਆ, ਜੇ ਡੋਰ ਨੇ ਮੈਨੂੰ ਬੰਨਿਆ ਨਾ ਹੋਵੇ ਤੇ ਮੈਂ ਹੋਰ ਉੱਚੀ ਉੱਡ ਜਾਣਾ ਸੀਗਾ। ਤੇ ਜਦੋਂ ਡੋਰ ਕੱਟਦੀ ਹੈ ਨਾ ਪਤੰਗ, ਜਿਹੜੀ ਉੱਚੀ ਉੱਡਦੀ ਜ਼ਰੂਰ ਆ ਸਿਰਫ 2 ਮਿੰਟ ਲਈ, ਮੁੜ ਕੇ ਉਹ ਮੂਧੇ ਮੂੰਹ ਕਿਸੇ ਰੂੜੀ ਦੇ ਉੱਤੇ ਤੇ ਕਿਸੇ ਗੰਦ ਦੇ ਉੱਤੇ ਡਿੱਗੀ ਹੁੰਦੀ ਆ। ਸੋ ਇਹ ਤਲਾਵਾਂ ਜਿਹੜੀਆਂ ਨਾ ਤੇਰੀਆਂ, ਤੇ ਡੋਰ ਆ ਜਿਹੜੀ ਹੈ ਇਹ ਪੰਜਾਬ ਦੀ ਜਨਤਾ ਵਾ, ਇਹ ਚੰਗੇ ਸਲਾਹਕਾਰ ਜਿਹੜੇ ਤੈਨੂੰ ਨੁਕਤਾਚੀਨੀ ਕਰਦੇ ਆ ਨਾ, ਇਹ ਪਤੰਗ ਦੀ ਡੋਰ ਤੇ ਤਲਾਵਾਂ ਹੁੰਦੀਆਂ ਵਾ। ਸੋ ਸੁਣਨਾ ਸਿੱਖੋ ਤੇ ਆਪਣੀਆਂ ਗਲਤੀਆਂ ਨੂੰ ਮੰਨਣਾ ਸਿੱਖੋ, ਉਹਨਾਂ ਗਲਤੀਆਂ ਸੁਧਾਰ ਕਰੋ। ਇਹ ਨਹੀਂ ਵੀ ਤੈਨੂੰ ਜੇ ਕਿਸੇ ਨੇ ਮਤਲਬ ਕੋਈ ਸਲਾਹ ਦਿੱਤੀ ਤੇ ਆਪਾਂ ਮੁੜ ਕੇ ਸੁਣਨੀ ਨਹੀਂ, ਉਹਦਾ ਟਿੱਚਰਾਂ ਨਾਲ ਮਜ਼ਾਕ ਉਡਾਉਣਾ ਵਾ,
ਤੇ ਜਿਸ ਦਿਨ ਇਹਨਾਂ ਤਲਾਵਾਂ ਤੇ ਇਸ ਡੋਰ ਨੇ ਜਿਹਨੇ ਤੈਨੂੰ ਬੰਨ ਕੇ ਰੱਖਿਆ ਨਾ, ਪੰਜਾਬ ਦੀ ਜਨਤਾ ਤੇ ਤੇਰੇ ਸਲਾਹਕਾਰਾਂ ਨੇ ਜਿੱਦਣ ਉਹਨਾਂ ਨੇ ਛੱਡ ਦਿੱਤਾ ਤੇ ਮੂਧੇ ਮੂੰਹ ਆਪਾਂ ਵੀ ਕਿਸੇ ਰੂੜੀ ਦੇ ਉੱਤੇ ਪਏ ਹੋਣਾ ਵਾ, ਆਹ ਹਾਲਾਤ ਤੇਰੀ ਬਣ ਜਾਣੀ ਆ। ਸੋ ਮੈਂ ਤੈਨੂੰ ਅਜੇ ਵੀ ਕਹਿੰਦਾ, ਸੰਭਲ ਜਾ, ਆਪਣੇ ਆਪ ਦੇ ਵਿੱਚੋਂ ਹੰਕਾਰ ਕੱਢ। ਕਦਾ ਹੰਕਾਰ ਕਰਦੇ ਆ ਆਪਾਂ? 15 ਦੇ ਵਿੱਚੋਂ 8 ਮੰਤਰੀ ਜਿਹੜੇ ਉਹ ਆਪਣੇ ਹਲਕੇ ਹਾਰ ਗਏ ਆ। ਆਹ ਦੇਣੇ ਆ ਯਾਰ ਤੁਹਾਡੀ ਪੰਜਾਬ ਨੂੰ, ਆਹ ਕੰਮ ਆ ਤੁਹਾਡੇ ਪੰਜਾਬ ਦੇ। ਉਹਨਾਂ 8 ਦੇ ਸਮੇਤ ਤੈਨੂੰ ਵੀ ਅਸਤੀਫਾ ਦੇ ਦੇਣਾ ਚਾਹੀਦਾ ਵਾ, ਕਿਸੇ ਨਵੇਂ ਬੰਦੇ ਨੂੰ ਮੌਕਾ ਦੇਣਾ ਚਾਹੀਦਾ ਵਾ। ਇਹ ਨਹੀਂ ਵੀ ਕਿਸੇ ਨੂੰ ਫੜ ਲਿਆ, ਕਿਸੇ ਨੂੰ ਛੱਡ ਦਿੱਤਾ, ਕਿਸੇ ਨੂੰ ਡਰਾ ਲਿਆ, ਏਦਾਂ ਸੂਬਾ ਨਹੀਂ ਚੱਲਣਾ। ਗੱਲਾਂ ਦੇ ਕੜਾਹ ਦੇ ਨਾਲ ਸੂਬਾ ਨਹੀਂ ਚੱਲਣਾ। ਤੇਰੇ ਤੇ ਤੇਰੇ ਹਾਰੇ ਮੰਤਰੀਆਂ ਲਈ ਮੈਂ 2 ਲੈਣਾ ਕਹਿ ਕੇ ਸਮਾਪਤੀ ਕਰਨ ਲੱਗਾ। ਸ਼ਾਇਦ ਤੈਨੂੰ ਤੇ ਤੇਰੇ ਹੰਕਾਰੇ ਜਿਹੜੇ ਪਾਰਟੀ ਦੇ ਮੰਤਰੀ ਉਹਨਾਂ ਨੂੰ ਅਕਲ ਆ ਜੇ, ਇਹ 2 ਲੈਣਾ ਸਿਰਫ ਤੁਹਾਡੇ ਤੇ ਢੁੱਕਦੀਆਂ ਵਾ ਕਿ ਭਾਸ਼ਣ ਮੈਂ ਹੈ ਜਿਸ ਤਰ੍ਹਾਂ ਆਪਾਂ ਲੈਕਚਰ ਦਿੰਦੇ ਹਾਂ ਲੋਕਾਂ ਨੂੰ ਲੁਭਾ ਲੈਂਦੇ ਹਾਂ, ਤੇ ਅੰਦਰ ਉਹਦਾ ਸੱਚ ਕੁਝ ਹੋ ਰਿਹਾ ਕਿ ਭਾਸ਼ਣ ਮੈਂ ਹੈ ਦੇਸ਼ ਕੀ ਚਿੰਤਾ, ਭਾਸ਼ਣ ਮੈਂ ਹੈ ਦੇਸ਼ ਕੀ ਚਿੰਤਾ, ਆਸ਼ਿਕ ਕੁਰਸੀ ਮਾਲਕੇ ਹੋ, ਭਾਸ਼ਣ ਮੈਂ ਹੈ ਦੇਸ਼ ਕੀ ਚਿੰਤਾ, ਆਸ਼ਿਕ ਕੁਰਸੀ ਮਾਲਕੇ ਹੋ, ਪਾਏ ਗਏ ਹੋ ਮਖਮਲ ਕੀ ਰਜਾਈ, ਪਾਏ ਗਏ ਹੋ ਮਖਮਲ ਕੀ ਰਜਾਈ, ਲਾਇਕ ਤੋਂ ਤਰਪੈਲ ਕੇ ਹੋ।